ਜੀ ਦੋਸਤੋ ਅੱਜ ਜਿਹੜੀ ਜਨਾਬ ਗੱਲਬਾਤ ਏ ਉਹ ਗੱਲਬਾਤ ਸਿਆਸਤ ਤੇ ਮਬਰੀ ਨਹੀਂ ਇੱਕ ਪਰਸਨਲ ਤਜਰਬੇ ਤੇ ਮਬਣੀ ਏ ਤੇ ਉਹਦੇ ਹੀ ਤੈਤ ਅਸੀਂ ਗੱਲ ਵੀ ਕਰਾਂਦੇ ਅਹ ਐਸੇ ਗੱਲ ਨੂੰ ਸਮਝਾਉਣ ਵਾਸਤੇ ਤੇ ਸਮਝਣ ਵਾਸਤੇ ਅਸੀਂ ਇੱਕ ਮਿਸਾਲ ਦਿਆਂਦੇ ਜਾਂ ਇੱਕ ਕਹਾਣੀ ਤੁਹਾਨੂੰ ਸੁਣਾਵਾਂਦੇ ਤੇ ਉਸ ਤੋਂ ਬਾਅਦ ਇਸ ਕਹਾਣੀ ਦੀ ਵੀ ਵਿਫਾਦ ਕਰ ਲਾਂਦੇ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਜਨਾਬ ਕਿ ਇੱਕ ਸ਼ਿਕਾਰੀ ਸੀ ਤੇ ਉਹ ਜੰਗਲ ਦੇ ਵਿੱਚ ਸ਼ਿਕਾਰ ਕਰਦਾ ਕਿਧਰੇ ਗਿਆ ਤੇ ਉਹਨੂੰ ਰਿਚ ਦਾ ਇੱਕ ਛੋਟਾ ਬੱਚਾ ਮਿਲ ਗਿਆ ਬਿਲਕੁਲ ਛੋਟਾ ਜਾਂ ਤੈਨੂੰ ਬੜਾ ਤਰਸ ਆਇਆ ਉਹਨੇ ਕਿਹਾ ਯਾਰ ਹੋਣੇ ਵੇ ਕਿ ਇਹ ਬੱਚਾ ਕੋਈ ਲਾ ਵਾਰਸ ਹੀ ਲੱਗਦਾ ਹੈ ਉਹਨੂੰ ਆਪਣੇ ਘਰ ਲੈ ਆਇਆ ਉਹਨੇ ਉਹਨੂੰ ਪਾਲਣ ਦਾ ਫੈਸਲਾ ਕਰ ਲਿਆ ਲੋ ਜੀ ਉਹਨੇ ਰਿਚ ਨੂੰ ਵান্স ਵੰਨੀਆਂ ਖੁਰਾਕਾਂ ਤੇ ਉਹਨੂੰ ਉਹਦਾ ਬੜਾ ਖਿਆਲ ਰੱਖਣਾ ਉਹ ਰਿਚ ਬੱਚਾ ਸੀ ਤੇ ਉਹਨੂੰ ਵੀ ਜ਼ਹਿਰ ਇੱਕ ਜਾਨਵਰ ਸੀ ਉਹਨੂੰ ਵੀ ਉਹਦੇ ਨਾਲ ਲਗਾਓ ਹੋ ਗਿਆ ਉਹਨੇ ਉਹਨੂੰ ਹੀ ਆਪਣਾ ਸਾਰਾ ਕੁਝ ਸਮਝਿਆ ਤੇ ਲੇਕਿਨ ਕਰਦਿਆਂ ਕਰਦੇ ਜ਼ਹਿਰ ਉਹ ਰੇਚ ਸੀ ਉਹ ਛੋਟਾ ਜਿਹਾ ਹੁੰਦਾ ਹੁੰਦਾ ਤੇ ਜਨਾਬ ਉਹ ਤੇ ਬੜਾ ਠੀਕ ਠਾਕ ਉਹ ਪਤਾ ਹੈ ਰੇਚ ਜਿਹੜਾ ਡਬਲ ਹੁੰਦਾ ਇਨਸਾਨ ਦੇ ਤੂੰ ਜਿਹੜੇ ਸਿੱਧਾ ਖਲੋਤੇ ਹੋਵੇ ਕੱਦ ਤੋਂ ਵੀ ਤੇ ਪਾਵਰ ਤੋਂ ਦੀ ਉੰਝੀ ਬੇਸ਼ਮਾਰ ਹੁੰਦੀ ਲੇਕਿਨ ਉਹ ਜਨਾਬ ਉਹਦੇ ਰੇਚ ਦੇ ਵੱਡਾ ਉਹਨ ਦੇ باوجود ਰੇਚ ਨੂੰ ਬੜਾ ਪਿਆਰ ਆਪਣੇ ਮਾਲਕ ਨਾਲ ਤੇ ਉਹ ਜਨਾਬ ਇਕੱਠੇ ਰਹਿਣ ਕਰ ਹਰ ਵਕਤ ਤੇ ਉਹ ਜਣਲੇ ਉਹ ਸੋਵੇਂ ਕਰੇ ਸ਼ਿਕਾਰੀ ਤੇ ਉਹ ਰਿਛ ਜਨਾਬ ਉਹਨੂੰ ਪੱਖੀਆਂ ਚੱਲੇ ਕਰੇ ਤੇ ਉਹ ਸਿਆਣੇ ਬੰਦਿਆਂ ਨੇ ਜਿਹੜੇ ਪਿੰਡ ਵਾਲੇ ਬੰਦੇ ਸਨ ਉਹਨਾਂ ਨੂੰ ਸ਼ਿਕਾਰੀ ਨੂੰ ਸਮਝਾਇਆ ਕਿ ਯਾਰ ਗੱਲ ਇਹ ਵੇ ਕਿ ਥੋੜਾ ਜਿਹਾ ਤੂੰ ਧਿਆਨ ਤੋਂ ਕੰਮ ਕੋਈ ਕਰ ਧਿਆਨ ਕਰ ਥੋੜਾ ਜਿਹਾ ਕਿਉਂਕਿ ਇਹ ਜਾਨਵਰ ਹੈ ਤੇ ਇਹ ਇਤਨਾ ਜ਼ਿਆਦਾ ਇਹਦੇ ਨਾਲ ਪਿਆਰ ਜਾਂ ਇਤਨੀ قربਤ ਸੀਖ ਨਹੀਂ ਤੇ ਤੂੰ ਖਿਆਲ ਕੋਈ ਕਰ ਤੇ ਖਤਰਨਾਕ ਸਾਬਤ ਹੋ ਸਕਦਾ ਹੈ ਲੇ ਕਰੋ ਸ਼ਿਕਾਰੀ ਨੇ ਆਖਿਆ ਜੀ ਕੀ ਕਰਦੇ ਹੋ ਮੈਂ ਇਸ ਇਹਨੂੰ ਇੱਕ ਬੱਚੇ ਦੇ ਤੌਰ ਤੇ ਪਾਲਿਆ ਹੈ ਮੈਨੂੰ ਆਪਣਾ ਮਾਂ ਪਿਓ ਸਮਝਦਾ ਹੈ ਤੇ ਕੋਈ ਮਸਲਾ ਹੀ ਨਹੀਂ ਤੇ ਮੇਰੀ ਬੜੀ ਖੇਦਮਤ ਕਰਦਾ ਠੀਕ ਹੈ ਜੀ ਬੰਦੇ ਚੁੱਪ ਕਰਕੇ ਇੱਕ ਦਿਨ ਜਨਾਬ ਉਹ ਸ਼ਿਕਾਰੀ ਸੁੱਤੇ ਆ ਸੀ ਤੇ ਰਿਚ ਤੇ ਹੋਇਆ ਕਿ ਇੱਕ ਮੱਖੀ ਕਿਦ ਰੋਟ ਦੀ ਉਡਾਂਦੀ ਆ ਕੇ ਤੇ ਸ਼ਿਕਾਰੀ ਦੇ ਮੂੰਹ ਤੇ ਬਹਿ ਗਈ ਉਹ ਸ਼ਿਕਾਰੀ ਸੁੱਤੇ ਆ ਸੀ ਤੇ ਰਿਚ ਨੇ ਹੁਣ ਨਾ ਪਹਿਲਾ ਹੱਥ ਨਾਲ ਇਹਨਾਂ ਨੂੰ ਹਟਾਇਆ ਮੱਖੀ ਨੂੰ ਮੱਖੀ ਫੇਰ ਉੜ ਗਈ ਤਾਂ ਬੜਾ ਮੱਖੀ ਦੀ ਵੀ ਇੱਕ ਜ਼ਿੱਦਬਾਦੀ ਜੀ ਹੁੰਦੀ ਹੈ ਉਹ ਮੱਖੀ ਜਨਾਬ ਦੁਬਾਰਾ ਆ ਕੇ ਇੱਕ ਵਾਰੀ ਦੋ ਵਾਰੀ ਰੇਚ ਨੇ ਉਹਨੂੰ ਬੜਾ ਕੋਸ਼ਿਸ਼ ਕੀਤੀ ਕਿ ਮੇਰੇ ਮਾਲਕ ਨੂੰ ਤੰਗ ਨਾ ਕਰੇ ਤੇ ਲੇਕਿਨ ਉਹ ਜਨਾਬ ਮੱਖੀ ਬਾਰ ਬਾਰ ਖੀਰ ਰੇਚ ਨੂੰ ਗੁੱਸਾ ਆ ਗਿਆ ਮੱਖੀ ਦੇ ਉੱਤੇ ਤੇ ਉਹਨੇ ਆਖਿਆ ਉਹੂੰ ਦੁਆ ਤੇ ਹੁਣ ਨਹੀਂ ਤੈਨੂੰ ਮੈਂ ਛੱਡਣਾ ਉਹ ਕਿਤਾ ਮੱਖੀ ਫੇਰ ਜਨਾਬ ਆ ਕੇ ਉਹਦੇ ਮੂੰਹ ਤੇ ਹੀ ਬੈ ਗਈ ਸ਼ਿਕਾਰੀ ਸੁੱਤੇ ਸ਼ਿਕਾਰੀ ਤੇ ਰੇਚ ਨੂੰ ਅੱਗੇ ਗੁੱਸਾ ਸੀ ਉਹਨੇ ਜਨਾਬ ਮੱਖੀ ਨੂੰ ਮਾਰਨ ਵਾਸਤੇ ਇੱਕ ਨਾ ਠੀਕ ਹੈ ਕਿ ਤਮਾਚਾ ਮਾਰਿਆ ਮੱਖੀ ਦੇ ਉੱਤੇ ਤੇ ਉਹ ਮੱਖੀ ਤੇ ਉੱਡ ਗਈ ਲੇਕਿਨ ਰਿਛ ਦਾ ਤਮਾਚਾ ਜਨਾਬ ਸ਼ਿਕਾਰੀ ਦਾ ਤੇ ਉਹਨੇ ਬਰਕਸ ਨਿਕਾਲ ਕੇ ਰੱਖ ਦਿੱਤਾ ਤੇ ਸ਼ਿਕਾਰੀ ਹਰੀ ਦਸਤੀ ਜਾਂਦੇ ਰਹੇ ਠੀਕ ਹੈ ਉਹ ਵੇਖ ਨਾ ਵੇਖ ਕਿ ਵੇ ਰਿਛ ਨੇ ਤੇ ਬੜੇ ਪਿਆਰ ਨਾਲ ਕੰਮ ਕੀਤਾ ਸੀ ਲੇਕਿਨ ਜਿੰਨਾ ਕੋ ਦਾ ਹਸਾਬ ਕਿਤਾਬ ਸੀ ਜਿੰਨੀ ਕੋ ਦੀ ਸਮਝ ਸੀ ਆਪਣੇ ਨੂੰ ਤੇ ਉਹਨੇ ਪਿਆਰ ਕੀਤਾ ਲੇਕਿਨ ਉਹ ਸ਼ਿਕਾਰੀ ਆਪਣੀ ਜਾਨ ਤੋਂ ਜਾਣਦਾ ਉਨ ਇਸ ਵਾਕਏ ਤੋਂ ਸਬਕ ਕੀ ਹੈ ਇਸ ਵਾਕਏ ਤੋਂ ਸਬਕ ਕੀ ਹੈ ਇਹ ਵੇ ਕਿ ਕਦੀ ਵੀ ਕਿਸੇ ਜਹਿਲ ਇਨਸਾਨ ਦੇ ਨਾਲ ਔਰ ਪੂਰੀ ਅਕਲ ਦੇ ਬੰਦੇ ਨਾਲ ਨਾ ਤੇ ਕਿਸੇ ਕਿਸਮ ਦਾ ਲੈਣ-ਦੇਣ ਕਰੋ ਤੇ ਨਾ ਹੀ ਕਿਸੇ ਕਿਸਮ ਦਾ ਪਿਆਰ ਉਹਦੇ ਨਾਲ ਪਾਓ ਕਿਉਂਕਿ דוਵੇ ਅਗਰ ਤੁਸੀਂ ਉਹਦੇ ਨਾਲ ਗਿਆ ਕੰਮ ਉਹਦੇ ਨਾਲ ਕੀਤੇ ਆ ਵੇਦਾ ਤੇ ਜ਼ਰਾ ਜੀ ਗਲਤਫਹਿਮੀ ਦੇ ਉੱਤੇ ਉਹ ਤੁਹਾਡੀ ਜਨਾਬ ਜਿਹੜੀ ਬਣੀ ਬਣਾਈ ਇੱਜ਼ਤ ਦਾ ਬੇੜਾ ਕਰਕੇ ਰੱਖਦੇ ਦਾ ਜਿਸ ਤਰ੍ਹਾਂ ਕਿ ਇੱਕ ਜ਼ਿੰਦਾ ਸ਼ਿਕਾਰੀ ਦਾ ਰੇਛੇ ਚੰਡ ਮਾਰ ਕੇ ਕਾ ਦਿੱਤਾ ਉਹ ਰੇਛੇ ਆਪਣੇ ਆਪ ਨੂੰ ਤੇ ਉਹ ਸ਼ਿਕਾਰੀ ਦੀ ਖਿਦਮਤ ਵਾਸਤੇ ਇਹ ਕੰਮ ਕੀਤਾ ਉਹ ਉਹ ਨੂੰ ਮੱਖੀ ਤੋਂ ਬਚਾਉਣ ਵਾਸਤੇ ਕੀਤਾ ਲੇਕਿਨ ਕਿਉਂਕਿ ਉਹਦੇ ਚਕਲ ਨਹੀਂ ਸੀ ਤੇ ਉਹਨੇ ਜਨਾਬ ਉਹ ਬੰਦਾ ਹੀ ਮਾਰ ਦਿੱਤਾ ਇੰਜ ਇੱਕ ਜੇਲ ਇਨਸਾਨ ਜਿਹੜਾ ਹੁੰਦਾ ਨਾ ਉਹ ਇਸ ਤਰੀਕ ਬਿਲਕੁਲ ਖਤਰਨਾਕ ਹੁੰਦਾ ਉਹਨੂੰ ਪਤਾ ਤੇ ਹੁੰਦਾ ਨਹੀਂ ਉਹਨੂੰ ਕਿਸੇ ਦੀ ਇੱਜ਼ਤ ਬੇਇੱਜ਼ਤੀ ਦਾ ਤੇ ਨਹੀਂ ਪਤਾ ਹੁੰਦਾ ਉਹ ਹੁੰਦਾ ਹੀ ਜਹਲੇ ਉਹਨੇ ਤੇ ਆਪਣੀ ਗੱਲ ਕਰਨੀ ਹੁੰਦੀ ਤੇ ਯਾਨੀ ਇਸ ਗੱਲ ਦਾ ਇਸ ਕਹਾਣੀ ਦਾ ਇਸ ਅਕਾਇਦ ਦਾ ਜਿਹੜਾ ਖਲਾਸਾ ਹੈ ਉਹ ਕੀ ਹੈ ਉਹ ਜਨਾਬ ਇਹ ਵੇ ਕਿ ਕਦੀ ਵੀ ਕਿਸੇ ਜੇਲ ਔਰ ਪੂਰੀ ਅਕਲ ਦੇ ਮੋਟੀ ਅਕਲ ਦੇ ਬੰਦੇ ਦੇ ਨਾਲ ਯਾਰੀ ਨਾ ਲਾਓ ਉਹਦੇ ਨਾਲ ਕੋਈ ਲੈਣ ਦੇ ਨਾ ਕਰੋ ਉਹਦੇ ਨਾਲ ਤਰਲਗਦਾਰੀ ਨਾ ਬਣਾਓ ਕਿਉਂਕਿ ਜ਼ਰਾ ਜੀ ਗੱਲ ਤੂੰ ਜ਼ਰਾ ਜੀ ਗਲਤਫਹਿਮੀ ਤੂੰ ਉਹ ਬੰਦਾ ਤੁਹਾਡੀ ਇੱਜ਼ਤ ਦਾ ਬੇੜਾ ਗਰਖ ਕਰਕੇ ਰੱਖ ਦੇਦਾ ਮੈਂ ਤੇ ਇਸ ਕੰਮ ਤੋਂ ਨਹੀਂ बच ਸਕਿਆ ਮੈਂ ਤੇ ਇੱਕ ਜੇਲ੍ਹ ਦਾ ਸ਼ਿਕਾਰ ਹੋ ਚੁੱਕਿਆ ਠੀਕ ਹੈ ਲੇਕਿਨ ਇਹ ਕਹਾਣੀ ਸੁਣਾਉਣ ਦਾ ਮਤਲਬ ਹੈ ਕਿ ਤੁਸੀਂ ਕਮਜ਼ ਕਮ ਇਸ ਤਰ੍ਹਾਂ ਦੇ ਜੇਲ੍ਹ ਔਰ ਬੇਫਕੂਫ ਦੋਸਤਾਂ ਤੋਂ ਬਚੋ ਔਰ ਉਹਨਾਂ ਨਾਲ ਨਾ ਕੋਈ ਪਿਆਰ ਇਸ ਤਰ੍ਹਾਂ ਦਾ ਪਾਓ ਤੇ ਨਾ ਉਹਨਾਂ ਨਾਲ ਕਿਸੇ ਕਿਸਮ ਦਾ ਲੈਣ ਦੇ ਰੱਖੋ ਤਾਂ ਕਿ ਮਾਸ਼ਰੇ ਦੇ ਵਿੱਚ ਤੁਹਾਡੀ ਬਣੀ ਬਣਾਈ ਇੱਜ਼ਤ ਦਾ ਕੋਈ ਬਰਕਸ ਇਸ ਤਰ੍ਹਾਂ ਦਾ ਜਹਿਲ ਬੰਦਾ ਨਾ ਨਿਕਾਲ ਸਕੇ ਅੱਜ ਵਾਸਤੇ ਜਨਾਬ ਇੰਨਾ ਹੀ ਕਾਫੀ ਬਹੁਤ ਬਹੁਤ ਸ਼ੁਕਰੀਆ